ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਕਿੱਥੇ ਕੰਮ ਕਰਦੇ ਤੁਸੀਂ? SIPL 'ਚ। ਤੇ ਕਿੰਨਾ ਕੈਸ਼ ਸੀਗਾ ਤੁਹਾਡੇ ਕੋਲ ਜਿਹੜਾ ਅੱਜ ਖੋਇਆ? ਸੀਲਡ ਸੀਗਾ ਜੀ, ਸੀਲਡ ਸੀਗਾ ਤੇ ਕੋਈ ਅੰਦਾਜ਼ਾ ਨਹੀਂ। ਕਿੱਥੇ ਤੁਹਾਡੇ ਕੋਲ ਖੋਹ ਕੀਤੀ ਗਈ? ਰਣਜੀਤਾ ਨੇ ਮੋੜ ਤੇ। ਤੇ ਕੀ ਕੀ ਚੀਜ਼ਾਂ ਖੋਹ ਕੇ ਲੈ ਗਏ ਤੁਹਾਡੇ ਕੋਲ? ਮੇਰਾ ਐਕਟੀਵਾ ਲੈ ਗਿਆ ਤੇ ਐਕਟੀਵਾ ਦੀ ਡਿੱਕੀ 'ਚ ਕੈਸ਼ ਸੀਗਾ। ਕਿੰਨੇ ਕੁ ਵਜੇ ਦਾ ਵਾਪਰਿਆ ਸੀ? ਡੇਢ ਤੋਂ ਦੋ ਕੁ ਵਜੇ ਦਾ ਵਾਪਰਿਆ। ਇੰਨਾ ਕੁ ਟਾਈਮ ਹੋਣਾ? ਦੋ ਢਾਈ ਦਾ। ਇੰਨਾ ਕੁ ਟਾਈਮ ਹੋਣਾ। ਤੇ ਕਿੰਨੇ ਕਿੰਨੇ ਲੋਕ ਸੀਗੇ? ਚਾਰ ਜਣੇ। ਤੇ ਪਿਸਤੌਲ ਪਿਸਤੌਲ ਹੀ ਦਿਖਾਈ? ਪਿਸਤੌਲ ਸੀਗੀ। ਤੇ ਉਸ ਤੋਂ ਬਾਅਦ ਕੋਈ ਲਾਗੇ ਕੋਈ ਸੀਸੀਟੀਵੀ ਫੁਟੇਜ ਕੋਈ ਤੁਹਾਨੂੰ ਕੋਈ? ਸਰ ਮੈਨੂੰ ਨਹੀਂ ਪਤਾ ਇਹਦੇ ਬਾਰੇ। ਕੋਈ ਹਮੇਸ਼ਾ ਲੈ ਕੇ ਆਉਂਦੇ ਹੋ ਤੁਸੀਂ ਕੈਸ਼? ਕੇ ਡੇਲੀ ਲੈ ਕੇ ਆਉਂਦੇ ਜੀ। ਤੇ ਕਿੱਥੇ ਜਾ ਰਹੇ ਸੀ ਕੈਸ਼ ਲੈ ਕੇ? HDFC ਬੈਂਕ 'ਚ ਜਮ੍ਹਾਂ ਕਰਾਉਣ। ਜਮ੍ਹਾਂ ਕਰਾਉਣ ਜਾ ਰਹੇ ਸੀ? ਤੇ ਕੋਈ ਬੰਦੇ ਪਛਾਣ 'ਚ ਹੋਏ ਹੋਣ ਜਾਂ ਕੋਈ? ਨਹੀਂ, ਮੇਰੀ ਪਛਾਣ 'ਚ ਨਹੀਂ। ਮੂੰਹ ਬੰਨੇ ਸੀ ਉਹਨਾਂ ਨੇ? ਨਹੀਂ। ਤੇ ਉਹ ਕੋਈ ਜਦੋਂ ਤੁਹਾਡੇ ਉਹਨਾਂ ਨੇ ਬੱਟ ਮਾਰਿਆ ਕੋਈ ਮਾਰਿਆ ਮੂਰਿਆ ਕਿ ਪਿਸਤੌਲ ਵਿਖਾ ਕੇ? ਨਹੀਂ, ਉਹਨੇ ਬੱਟ ਇੱਥੋਂ ਮੈਨੂੰ ਫੜ ਕੇ ਬੱਟ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਪਰ ਮੇਰਾ ਬਚਾਅ ਹੋ ਗਿਆ, ਮੈਂ ਭੱਜ ਪਿਆ ਅੱਗੇ ਲੱਗ ਕੇ। ਦੂਜੇ ਅਤੇ ਉਹਨਾਂ 'ਚ ਇੱਕ ਜਾਣੇ ਨੇ ਮੇਰਾ ਸਕੂਟਰ ਫੜਿਆ, ਸਕੂਟਰ ਲੈ ਕੇ ਅਤੇ ਨਿਕਲ ਗਿਆ। ਉਹਦਾ ਮਾਮਲਾ ਸਾਹਮਣੇ ਆਇਆ, ਕਿੰਨੇ ਦੀ ਲੁੱਟ ਹੋਈ ਆ ਔਰ ਕਿੰਨੇ ਬੰਦੇ ਦਾ ਹਜੇ ਤੱਕ ਕੇਸ ਕੀਤੇ ਗਏ ਨੇ ਜਾਂ ਕੁਛ ਪਤਾ ਲੱਗਾ ਜੀ ਕਿੰਨੇ ਬੰਦੇ ਸੀਗੇ? ਨਹੀਂ, ਇਹ ਨਾ ਬੇਸਿਕਲੀ ਜਿਹੜੀ ਇਹ ਕੰਪਨੀ ਹੈਗੀ ਹੈ SIPL ਕੰਪਨੀ ਜੀ, ਇਹਦੇ ਦੋ ਤਰਿੰਦੇ ਸੀਗੇ ਜਿਹੜੇ ਅੱਗੇ ਕਲੈਕਸ਼ਨ ਕਰਦੇ ਆ ਜੀ। ਇਹ ਅੱਜ ਲਾਈਫ ਸਟਾਈਲ ਜਿਹੜਾ ਟ੍ਰਿਬਿਊਨਲ ਮਾਲ ਹੈਗਾ ਉੱਥੋਂ ਕਲੈਕਸ਼ਨ ਕਰਕੇ ਅਪੋਲੋ ਹੋਸਪਿਟਲ ਕੋਲ ਇੱਕ ਹੋਟਲ ਤੋਂ ਕਲੈਕਸ਼ਨ ਕਰਕੇ ਉਸ ਐਕਟੀਵਾ ਦੀ ਡਿੱਗੀ ਦੇ ਵਿੱਚ ਪੈਸੇ ਲੈ ਕੇ HDFC ਬੈਂਕ ਰਣਜੀਤ ਐਵਨਿਊ ਜਮ੍ਹਾਂ ਕਰਾਉਣ ਆ ਰਹੇ ਸੀ ਜੀ। ਇਹਨਾਂ ਦੇ ਪਿੱਛੇ ਦੋ ਮੋਟਰਸਾਈਕਲ ਲੱਗੇ ਜੀ, ਉਹ ਚਾਰ ਜਣੇ ਸੀਗੇ। ਉਹਨਾਂ ਨੇ ਮੋੜ ਦੇ ਉੱਤੇ ਟਰਨਿੰਗ ਮੋੜ ਦੇ ਉੱਤੇ ਆ ਕੇ ਇਹਨਾਂ ਨੂੰ ਰੋਕ ਲੈ ਕੇ ਚਾਹਲੀ ਦੁਕਾਨ 'ਚ ਸਾਹਮਣੇ ਉਹਨਾਂ ਕਿਹਾ ਵੀ ਤੁਸੀਂ ਪਿੱਛੇ ਸਾਡੇ 'ਚ ਮੋਟਰਸਾਈਕਲ ਮਾਰ ਕੇ ਆਏ, ਇਹਨਾਂ ਕਿਹਾ ਵੀ ਅਸੀਂ ਨਹੀਂ ਮਾਰਿਆ। ਅਤੇ ਇਹ ਜਿਹੜਾ ਚਾਲਕ ਸੀਗਾ ਇਹ ਉਹ ਨੋਰਮਲ ਬੰਦੇ, ਇਹਨਾਂ ਦੇ ਕੋਲ ਕੋਈ ਵੈਪਨ ਵਗੈਰਾ ਤਾਂ ਹੈ ਨਹੀਂ ਕਿ ਇਹ ਡਰ ਗਏ। ਉਹਨਾਂ ਨੇ ਪਿਸਤਲ ਕੱਢ ਕੇ ਅੰਦਰ ਪਿਸਤਲ ਨੂੰ ਕੱਢਿਆ, ਮੇਰੇ ਪੁੱਠਾ ਜਿਹੜਾ ਹੈਗਾ ਸਿਰ 'ਚ ਮਾਰਨ ਲੱਗੇ ਸੀ ਅਤੇ ਮੈਂ ਐਕਟੀਵਾ ਛੱਡ ਕੇ ਭੱਜ ਗਿਆ ਸੀ। ਤਾਂ ਉਹ ਐਕਟੀਵਾ ਦੇ ਕਿਉਂਕਿ ਡਿੱਗੀ 'ਚ ਪੈਸੇ ਸੀ, ਉਹ ਐਕਟੀਵਾ ਲੈ ਕੇ ਹੀ ਨਾਲ ਲੱਗੇ ਉਹ ਜਿਹੜੇ ਹੈਗੇ ਆ ਉਹ ਉੱਥੋਂ ਮੂਵ ਕਰ ਗਏ। ਹੁਣ ਅਸੀਂ ਪਿੱਛੇ ਜਿੱਥੋਂ ਇਹ ਚੱਲਿਆ ਹੈਗਾ ਉਹ ਸਾਰਾ ਜਿਹੜਾ ਏਰੀਆ ਹੈਗਾ ਉਹਨੂੰ ਕਵਰ ਕਰਕੇ ਉਹਨੂੰ CCTV ਫੁਟੇਜ ਦਾ ਰੂਟ ਬਣਾ ਕੇ ਅਸੀਂ ਦੇਖ ਰਹੇ ਹਾਂ। ਵੱਖ ਵੱਖ ਟੀਮਾਂ ਸਾਡੀਆਂ ਜਿਹੜੀਆਂ ਇਨਵੈਸਟੀਗੇਸ਼ਨ ਕਰ ਰਹੀਆਂ ਅਤੇ ਉਹ ਅਸੀਂ ਛੇਤੀ ਉਹਨੂੰ ਟ੍ਰੇਸ ਕਰ ਲਵਾਂਗੇ। ਸਰ ਟੋਟਲ ਅਮਾਊਂਟ ਕੁਛ ਪਤਾ ਲੱਗਾ? ਨੀਅਰ ਅਬਾਊਟ 4 ਲੱਖ, ਇਦੋਂ ਜ਼ਿਆਦਾ ਨਹੀਂ। ਅਤੇ ਇੱਕ ਐਕਟੀਵਾ ਵੀ ਨਾਲ ਹੈ? ਐਕਟੀਵਾ ਨਾਲ ਹੈ। Please subscribe our channel for more updates. You can follow us Twitter and Facebook.